ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ। ਉਸ ਤੋਂ ਬਾਅਦ ਮੈਂ ਆਪਣੇ ਸਿੱਖਿਆ ਵਿਭਾਗ, ਖਾਸ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੰਨੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ। ਤਿੰਨ ਸਕੂਲ ਮੈਂ ਡਿਵੈਲਪ ਕੀਤੇ ਆਪਣੇ ਸਟਾਫ ਦੀ ਮਦਦ ਨਾਲ, ਔਰ ਇਹਨਾਂ ਵਿੱਚ ਖਾਸ ਯੋਗਦਾਨ ਮੇਰੇ ਸਾਰੇ ਅਧਿਆਪਕਾਂ ਦਾ ਰਿਹਾ। ਅਤੇ ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ, ਥੂਹੀ ਸਕੂਲ ਇੱਕ ਬਹੁਤ ਨਾਮਵਰ ਸਕੂਲ ਹੈ ਪੰਜਾਬ ਦਾ, ਔਰ ਉਹਦੇ ਵਿੱਚ ਸਾਰੇ ਸਟਾਫ ਦੇ ਨਾਲ ਨਾਲ ਵਿਸ਼ੇਸ਼ ਯੋਗਦਾਨ ਸਰਦਾਰ ਹਰਿੰਦਰ ਸਿੰਘ ਗਰੇਵਾਲ, ਜੋ ਕਿ ਮੇਰੇ ਸਕੂਲ ਵਿੱਚ ਬਤੌਰ ਫਿਜ਼ੀਕਲ ਅਧਿਆਪਕ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦਾ ਵੀ ਬਹੁਤ ਵੱਡਾ ਇਸ ਮੇਰੀ ਅਚੀਵਮੈਂਟ 'ਚ ਯੋਗਦਾਨ ਹੈ। ਬਾਕੀ ਅਸੀਂ ਜਿਹੜੇ ਬੱਚਿਆਂ ਦੇ ਕੰਮ ਕਰਦੇ ਹਾਂ, ਸਾਡੇ ਕੰਮ ਕਰਨ ਦਾ ਤਰੀਕਾ ਅਲੱਗ ਹੈ। ਅਸੀਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦਾ ਧਿਆਨ ਇਹ ਨਹੀਂ ਦਸਵੀਂ ਤੱਕ ਰੱਖਣਾ, ਜਿਹੜੇ ਬੱਚੇ ਦਸਵੀਂ ਕਰਕੇ ਪਾਸ ਹੋ ਕੇ ਅੱਗੇ ਪੜ੍ਹਨਾ ਚਾਹੁੰਦੇ ਨੇ, ਗਰੀਬ ਘਰਾਂ ਦੇ ਬੱਚੇ ਨੇ, ਅੱਠਵੀਂ ਤੱਕ ਸਰਕਾਰ ਵੱਲੋਂ ਫੀਸ ਫਰੀ ਹੈ, ਕੋਈ ਕਿਤਾਬਾਂ ਦਾ ਪੈਸੇ ਨਹੀਂ। ਪਰ ਜਿਹੜੇ ਬੱਚੇ ਨੌਵੀਂ 'ਚ ਚਲੇ ਜਾਂਦੇ ਆ, ਦਸਵੀਂ 'ਚ ਜਾਂਦੇ ਨੇ ਜਾਂ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ, ਉਹਨਾਂ ਦੀ ਪੂਰੀ ਫੀਸ ਦਾ ਪ੍ਰਬੰਧ, ਵਰਦੀ ਖਾਣਾ ਵਗੈਰਾ ਦਾ ਪ੍ਰਬੰਧ ਅਸੀਂ ਆਪ ਕਰਦੇ ਹਾਂ। ਹੁਣੇ ਹੀ ਇੱਕ ਸਾਡਾ ਬੱਚਾ PhD ਜਿਹਨੇ ਕੀਤੀ ਹੈ, ਉਹਨੂੰ ਆਸਾਮ ਦੇ ਵਿੱਚ ਕੇਂਦਰੀ ਵਿਦਿਆਲਿਆ ਵਿੱਚ ਜੋਬ ਮਿਲੀ ਹੈ। ਇਸ ਤੋਂ ਇਲਾਵਾ ਦੋ ਬੱਚੀਆਂ ਜਿਹੜੀਆਂ BTECH ਕਰਕੇ ਘਰ ਫਰੀ ਬੈਠੀਆਂ ਸੀਗੀਆਂ, ਉਹਨਾਂ ਨੂੰ ਇੱਕ ਮਲਟੀਨੈਸ਼ਨਲ ਕੰਪਨੀ 'ਚ ਜੋਬ ਦਵਾਈ ਹੈ। ਇਸ ਤੋਂ ਇਲਾਵਾ 15 ਜਿਹੜੀਆਂ ਬੱਚੀਆਂ ਨੇ ਮੇਰੀਆਂ ਨਰਸਿੰਗ ਕਰ ਰਹੀਆਂ ਨੇ, GNM ਕਰ ਰਹੀਆਂ ਨੇ, ਲਾਅ ਕਰ ਰਹੇ ਨੇ ਬੱਚੇ ਸਾਡੇ ਕੋਲ, BEd ਕਰ ਰਹੇ ਨੇ, BPed ਕਰ ਰਹੇ ਨੇ, BPed ਕਰਕੇ ਸਾਡੇ ਕੋਲ ਹੀ ਬੇਟਾ ਇੱਕ ਕੋਚ ਦੀ ਸੇਵਾ ਨਿਭਾ ਰਿਹਾ। ਅਤੇ ਇਸ ਤਰ੍ਹਾਂ ਵੱਖ ਵੱਖ ਅਹੁਦਿਆਂ 'ਤੇ ਬੱਚੇ ਬਿਰਾਜਮਾਨ ਨੇ। ਅਤੇ ਸਾਡਾ ਮਿਸ਼ਨ ਐਜੂਕੇਸ਼ਨ ਜਿਹਦੇ ਵਿੱਚ ਅਸੀਂ ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੀ ਨਹੀਂ, ਜਿਹੜੇ ਵਿਦਿਆਰਥੀ ਹੋਰ ਸਕੂਲਾਂ 'ਚ ਵੀ ਪੜ੍ਹਦੇ ਨੇ ਸਾਨੂੰ ਅਪਰੋਚ ਕਰਦੇ ਨੇ, ਤਾਂ ਅਸੀਂ ਉਹਨਾਂ ਦੀ ਵੀ ਮਦਦ ਫੀਸ ਪੱਖੋਂ, ਉਹਨਾਂ ਦੀ ਉਚੇਰੀ ਸਿੱਖਿਆ ਲਈ, ਉਹਨਾਂ ਦੀ ਕਿਤਾਬਾਂ ਪੱਖੋਂ ਅਸੀਂ ਕਰਦੇ ਹਾਂ। ਸਰਕਾਰੀ ਹਾਈ ਸਕੂਲ ਨਮਾਦਾ ਮੇਰਾ ਪਹਿਲਾ ਸਟੇਸ਼ਨ ਸੀਗਾ ਜਿਹਨੂੰ ਮੈਂ ਜੁਆਇਨ ਕੀਤਾ, ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਅਗੌਲ, ਅਤੇ ਹੁਣ ਕਰੰਟਲੀ ਮੈਂ ਸਰਕਾਰੀ ਹਾਈ ਸਕੂਲ ਥੂਹੀ। ਦੇਖੋ ਜਦੋਂ ਅਸੀਂ, ਮੈਂ ਐਕਚੁਲੀ ਜ਼ਿਆਦਾ 4 ਸਾਲ ਹੀ ਹੋਏ ਨੇ ਮੈਨੂੰ ਐਡਮਿਨਿਸਟ੍ਰੇਟਿਵ ਵਰਕ ਦੇ ਵਿੱਚ ਆਇਆ, ਨਵਾਂ ਨਵਾਂ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਨੇ, ਪਰ ਜਦੋਂ ਮਤਲਬ ਕੰਮ ਕਰਦੇ ਹਾਂ ਤਾਂ ਸਾਰੇ ਸਟਾਫ ਨੂੰ ਲੱਗਦਾ ਕਿ ਹਾਂਜੀ ਜੈਨੂਅਨ ਕੰਮ ਹੋ ਰਿਹਾ, ਪਿੰਡ ਵਾਸੀਆਂ ਨੂੰ ਲੱਗਦਾ ਵਧੀਆ ਕੰਮ ਕਰ ਰਹੇ ਹਾਂ, ਤਾਂ ਸਾਰੇ ਫਿਰ ਸਾਥ ਦਿੰਦੇ। ਮੈਨੂੰ ਹੁਣ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਵਾਸੀ ਲਈ ਜਾਂ ਕਿਸੇ ਵੀ ਸਟਾਫ ਮੈਂਬਰ ਆਈ ਥਿੰਕ 1% ਵੀ ਮਤਲਬ ਕੋਈ ਕੰਪਲੇਂਟ ਨਹੀਂ ਆਈ, ਔਰ ਨਾ ਹੀ ਮਤਲਬ ਸਾਰੇ ਸਾਥ ਹੀ ਦਿੰਦੇ ਨੇ ਕਿ ਮੈਂ ਨਮਾਦਾ ਸਕੂਲ ਛੱਡ ਦਿੱਤਾ, ਤਾਂ ਉੱਥੋਂ ਦੇ ਵਿਦਿਆਰਥੀ ਨਾਲ ਵੀ, ਉੱਥੋਂ ਦੇ ਸਟਾਫ ਨਾਲ ਮੈਂ ਅਜੇ ਤੱਕ ਅਟੈਚ ਹਾਂ, ਇਵੇਂ ਅਗੋਲ ਦੇ ਵਿਦਿਆਰਥੀਆਂ ਨਾਲ ਵੀ ਅਟੈਚ ਹਾਂ, ਅਧਿਆਪਕਾਂ ਨਾਲ ਵੀ ਅਟੈਚ ਹਾਂ, ਤਾਂ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ। ਜਿਸ ਦਿਨ ਸਕੂਲ ਜੁਆਇਨ ਕੀਤਾ ਸੀ ਨਮਾਦਾ, ਔਰ ਅਸੀਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਵਿਖੇ ਬਤੌਰ ਕੰਪਿਊਟਰ ਫੈਕਲਟੀ ਸੇਵਾਵਾਂ ਨਿਭਾ ਰਹੀ ਸੀ, PPSC ਰਾਹੀਂ ਡਾਇਰੈਕਟ ਜੋ ਟੈਸਟ ਕਲੀਅਰ ਹੋਇਆ ਹੈਡ ਬਣੇ, ਤਾਂ ਪਹਿਲਾ ਸਟੇਸ਼ਨ ਨਮਾਦਾ ਮਿਲਿਆ। ਜਿਸ ਦਿਨ ਸਕੂਲ ਜੁਆਇਨ ਕੀਤਾ ਤਾਂ ਮਤਲਬ ਮੇਰੇ ਨਾਲ ਸਟਾਫ ਮੈਂਬਰ ਗਏ ਸੀ, ਇੱਕ ਵਾਰ ਤਾਂ ਇਹ ਲੱਗਿਆ ਕਿ ਕਿੱਥੇ ਆ ਗਈ, ਕਿਉਂਕਿ ਸਾਡਾ ਸਕੂਲ ਪਹਿਲਾਂ ਉਹ ਸੋਹਣਾ ਸੀਗਾ, ਔਰ ਬੈਠਣ ਦੀ ਵੀ ਵਿਵਸਥਾ ਵੀ ਨਹੀਂ ਸੀ, ਖਾਣਿਆਂ ਦੀ ਹਾਲਤ ਬੁਰੀ, ਬੱਚਿਆਂ ਦੇ ਕੋਲ ਜਿਹੜੇ ਕਮਰੇ ਸੀ ਉਹਨਾਂ ਦੇ ਵਿੱਚ ਤਾਕੀਆਂ ਮੋਰੀਆਂ, ਦਰਵਾਜ਼ੇ ਤੱਕ ਵੀ ਨਹੀਂ ਸੀ ਲੱਗੇ ਹੋਏ, ਜਾਂ ਸਿਉਂਖ ਖਾਧੀ ਹੋਈ ਸੀ।
ਥਾਂ ਥਾਂ ਤੇ ਕੰਧਾਂ ਵਿੱਚ ਛੱਤਾਂ ਵਿੱਚ ਪਾੜ ਪਏ ਹੋਏ ਸੀ। ਪਰ ਫਿਰ ਥੋੜੀ ਹਿੰਮਤ ਜੁਟਾਈ ਔਰ ਪਹਿਲੇ ਦਿਨ ਹੀ ਸਿੱਖਿਆ ਮੰਤਰੀ ਉਦੋਂ ਸੀਗੇ ਸਰਦਾਰ ਸ਼੍ਰੀ ਵਿਜੇਂਦਰ ਸਿੰਗਲਾ ਜੀ, ਉਹਨਾਂ ਦੇ OSD ਉਸ ਪਿੰਡ ਦੇ ਸੀਗੇ, ਉਹਨਾਂ ਨਾਲ ਸੰਪਰਕ ਕੀਤਾ, ਪੰਚਾਇਤ ਨਾਲ ਸੰਪਰਕ ਕੀਤਾ। ਫਿਰ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਅਸੀਂ ਤੁਹਾਡਾ ਸਾਥ ਦਿਆਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਆਪੀ ਜਦੋਂ ਆਪਣੀ ਜੇਬ 'ਚੋਂ ਖਰਚ ਕਰਨਾ ਸ਼ੁਰੂ ਕਰੀਏ ਤਾਂ ਫਿਰ ਲੋਕ ਵੀ ਸਾਥ ਦਿੰਦੇ ਨੇ। ਤਾਂ ਖੁਦ ਆਪ ਸ਼ੁਰੂ ਕੀਤਾ, ਅਧਿਆਪਕਾਂ ਨੂੰ ਮੋਟੀਵੇਟ ਕੀਤਾ, ਉਹ ਵੀ ਨਾਲ ਲੱਗੇ। ਫਿਰ ਹੌਲੀ ਹੌਲੀ ਪਿੰਡ ਵਾਸੀ ਵੀ ਨਾਲ ਲੱਗੇ। ਸਮਾਨ ਦੇ ਰੂਪ 'ਚ ਹੀ ਮਦਦ ਲਈ ਹੈ, ਕਿਸੇ ਕੋਲ ਜੇ ਇੱਟਾਂ ਦੀ ਲੋੜ ਪਈ ਤਾਂ ਕਿਸੇ ਨੇ ਇੱਟਾਂ ਭਿਜਵਾ ਦੀਆਂ, ਕਿਸੇ ਨੇ ਲੋਕ ਟਾਈਲਾਂ। ਕੁਝ NRA ਵੀਰ ਮੇਰੇ ਕਜ਼ਨਸ ਫੋਰਨ ਕੰਟਰੀਜ਼ ਵਿੱਚ ਰਹਿੰਦੇ ਨੇ, ਉਹਨਾਂ ਕੋਲ ਮਦਦ ਮੰਗਾਈ। ਅਤੇ ਇਸ ਤਰ੍ਹਾਂ ਕਰਕੇ ਪਹਿਲਾਂ ਉਹ ਸਕੂਲ ਡਿਵੈਲਪ ਹੋਇਆ, ਫਿਰ ਬੱਚਿਆਂ ਦੀ ਪੜ੍ਹਾਈ 'ਤੇ ਕੰਮ ਕੀਤਾ ਗਿਆ। ਬੱਚੇ ਉੱਧਰ ਦੇ ਬਹੁਤ ਜ਼ਿਆਦਾ ਗਰੀਬ ਸੀਗੇ ਔਰ 9ਵੀਂ 10ਵੀਂ ਦੀ ਫੀਸਾਂ ਦੇਣ ਲਈ ਉਹਨਾਂ ਲਈ ਬਹੁਤ ਮੁਸ਼ਕਿਲ ਸੀ। ਉੱਤੋਂ ਕਰੋਨਾ ਦਾ ਟਾਈਮ ਆ ਗਿਆ ਅਤੇ ਲੋਕਾਂ ਦੇ ਕੰਮ ਵੀ ਬੰਦ ਸੀ। ਫਿਰ ਉੱਥੋਂ ਹੀ ਸਾਨੂੰ ਗੁਰਮਤ ਐਜੂਕੇਸ਼ਨ ਸੋਸਾਇਟੀ USA ਦਾ ਪਤਾ ਚੱਲਿਆ। ਉਹਨਾਂ ਨਾਲ ਸੰਪਰਕ ਹੋਇਆ, ਉਹਨਾਂ ਨੇ ਸਾਡੇ ਨਾਲ ਤਾਲਮੇਲ ਕੀਤਾ ਔਰ ਅੱਜ ਉਹਨਾਂ ਦੀ ਹੈਲਪ ਨਾਲ ਇਕੱਲੇ ਮੈਂ ਆਪਣੇ 3 ਸਕੂਲ ਹੀ ਨਹੀਂ, ਹੋਰ ਵੀ ਨੇੜੇ ਤੇੜੇ ਦੇ ਬਹੁਤ ਸਾਰੇ ਸਕੂਲ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ। ਤੁਹਾਡੇ ਦੇ ਜਜ਼ਬਾ ਦੇ ਤਾਂ ਹੀ ਇਹ ਤੁਸੀਂ ਕਾਇਆਕਲਪ ਕੀਤੇ ਤੁਹਾਨੂੰ? ਦੇਖੋ ਜਜ਼ਬਾ, ਕਿਉਂਕਿ ਆਪ ਇਹਨਾਂ ਹਾਲਾਤਾਂ 'ਚੋਂ ਲੰਘੀ ਹਾਂ, ਜਦੋਂ ਪੜ੍ਹਦੇ ਸੀਗੇ ਤਾਂ ਉਦੋਂ ਇਹਨਾਂ ਹਾਲਾਤਾਂ 'ਚੋਂ ਮੈਂ ਲੰਘੀ ਸੀਗੀ। ਮੇਰੀ ਵੀ ਮੇਰੇ ਅਧਿਆਪਕਾਂ ਨੇ ਬਹੁਤ ਮਦਦ ਕੀਤੀ ਅਤੇ ਉਸ ਮਦਦ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਹਮਣੇ ਹਾਂ। ਮੈਂ ਰਿਣੀ ਹਾਂ ਨੇ ਆਪਣੇ ਉਹਨਾਂ ਅਧਿਆਪਕਾਂ ਦਾ। ਸਰਕਾਰੀ ਮੇਰਾ ਸਕੂਲ ਸੀਗਾ ਕਲਾਸ ਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ, ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹਾਂ। ਉੱਥੋਂ ਦੇ ਸਾਰੇ ਅਧਿਆਪਕਾਂ ਨੇ ਮੇਰੀ ਬਹੁਤ ਮਦਦ ਕੀਤੀ ਔਰ ਵਿਸ਼ੇਸ਼ ਯੋਗਦਾਨ ਹੈ ਸ਼੍ਰੀਮਤੀ ਕਿਰਨ ਚੱਡਾ, ਜਿਹੜੇ ਮੇਰੇ ਮੈਥ ਮਿਸਟਰ ਸੀਗੇ। ਅਸੀਂ ਅੱਜ ਵੀ ਅਟੈਚ ਹਾਂ, ਕੱਲ੍ਹ ਅਧਿਆਪਕ ਦਿਵਸ ਹੈ, ਮੇਰਾ ਸਭ ਤੋਂ ਪਹਿਲਾਂ ਫੋਨ ਉਹਨਾਂ ਨੂੰ ਹੀ ਜਾਏਗਾ। ਅਸੀਂ ਫੋਨ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਸ ਦਿਨ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਣਾ ਦਿਨ ਦੀ ਸ਼ੁਰੂਆਤ ਕਰ। ਫੋਨ ਫੜਿਆ, ਮੇਰੇ ਕੋਲ ਨਹੀਂ ਸੀ ਫੋਨ, ਪਰ ਮੈਂ ਇੱਕਦਮ ਨਾ ਜਦੋਂ ਫੋਨ ਚੱਕਿਆ ਤੇ ਉੱਤੇ ਨਾ ਕਾਂਗਰੈਚੁਲੇਸ਼ਨ ਫਲੈਸ਼ ਹੋਣੇ ਸ਼ੁਰੂ ਹੋਏ, ਤਾਂ ਮੈਂ ਆਪਣੇ ਹਸਬੈਂਡ ਨੂੰ ਹੀ ਕਿਹਾ, ਮੈਂ ਕਿਹਾ ਤੁਸੀਂ ਦੇਖਣਾ ਕਾਂਗਰੈਚੁਲੇਸ਼ਨ ਨਾ ਅਲੱਗ ਅਲੱਗ ਨੰਬਰਾਂ ਤੋਂ ਆ ਰਹੇ ਨੇ। ਤੇ ਫਿਰ ਇਹਨਾਂ ਨੇ ਮਤਲਬ ਵੇਖ ਕੇ ਨਾਮ ਦੱਸਿਆ ਕਿ ਤੇਰਾ ਨਾਮ ਮਤਲਬ ਆਪਣੇ ਪਟਿਆਲੇ ਜ਼ਿਲ੍ਹੇ 'ਚ ਟੋਪ 'ਤੇ ਹੈ, ਤਾਂ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਆਪਣੇ ਅਧਿਆਪਕ ਸਾਥੀ, ਸਕੂਲ ਦੇ ਸਾਰੇ ਅਧਿਆਪਕ ਫੋਨ ਕਰ ਰਹੇ ਸੀਗੇ, ਸਾਰਿਆਂ ਨੇ ਗਰੁੱਪ ਦੇ ਵਿੱਚ ਮੁਬਾਰਕਬਾਦ ਦੇਣੀ ਸ਼ੁਰੂ ਕੀਤੀ। ਜਿਹੜੇ ਮੇਰੇ ਨਾਲ ਦੇ ਅਧਿਆਪਕ ਸਾਥੀ ਨੇ ਉਹਨਾਂ ਨੇ ਫੋਟੋਜ਼ ਪੋਸਟਰ ਬਣਾ ਕੇ ਸ਼ੇਅਰ ਕਰਨੇ ਸ਼ੁਰੂ ਕੀਤੇ, ਮੈਨੂੰ ਬਹੁਤ ਵਧੀਆ ਲੱਗਾ ਸੀ। ਬੜੀ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਲਈ ਤਾਂ, ਬੜੇ ਮਿਹਨਤੀ ਨੇ ਤੇ ਇਹਨਾਂ ਦਾ ਜਦ ਸਟੇਟ ਵਾਰਡ ਦੇ ਵਿੱਚ ਮੈਂ ਡਿਸਟ੍ਰਿਕਟ ਨਾਂ ਦੇਖਿਆ ਸੀ ਤਾਂ ਬਹੁਤ ਹੀ ਖੁਸ਼ ਹੋਏ, ਕਿਉਂਕਿ ਇੱਕ ਸਹੀ ਤਰੀਕੇ ਦੇ ਨਾਲ ਜਦੋਂ ਸਟੇਟ ਵਾਰਡ ਦਿੱਤੇ ਜਾਂਦੇ ਟੀਚਰਾਂ ਨੂੰ ਜਿਹੜੇ ਡਿਜ਼ਰਵ ਕਰਦੇ ਨੇ ਤਾਂ ਖੁਸ਼ੀ ਹੁੰਦੀ ਹੈ। ਇਸ ਵਾਰੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ, ਫੇਅਰਲੀ ਤਰੀਕੇ ਨਾਲ ਸਟੇਟ ਵਾਰਡ ਜਿਹੜੇ ਮਿਹਨਤੀ ਸੀ ਐਕਚੁਅਲੀ ਡਿਜ਼ਰਵ ਕਰਦੇ ਸੀ ਉਹਨਾਂ ਨੂੰ ਦਿੱਤੇ ਨੇ, ਤੇ ਇਹਨਾਂ ਜੋ ਨਾਂ ਦੇਖਿਆ ਸਾਰੇ ਪਰਿਵਾਰ 'ਚ ਹੀ ਖੁਸ਼ੀ ਹੋਈ। ਬਹੁਤ ਚੰਗਾ ਲੱਗਿਆ ਵੀ ਇਹਨਾਂ ਨੇ ਮਿਹਨਤ ਕੀਤੀ ਹੈ, ਬੱਚਿਆਂ ਦੀ ਹੈਲਪ ਕੀਤੀ ਹੈ, ਬੱਚਿਆਂ ਦੀ ਹੈਲਪ ਲਈ ਹਮੇਸ਼ਾ ਅੱਗੇ ਰਹਿੰਦੇ ਨੇ। ਇਕੱਲੇ ਆਪਣੇ ਸਕੂਲ ਦੇ ਹੀ ਨਹੀਂ, ਆਲੇ ਦੁਆਲੇ ਦੇ ਕਈ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਗਰੀਬ ਹੁੰਦੇ ਨੇ, ਫੀਸ ਨਹੀਂ ਦੇ ਸਕਦੇ, ਉਹਨਾਂ ਦੀ ਕਿਸੇ ਨਾ ਕਿਸੇ ਪਾਸਿਓਂ ਹਰ ਹਾਲਤ ਦੇ ਵਿੱਚ ਕਿਸੇ NGO ਤੋਂ ਕਿਸੇ ਤੋਂ ਮਦਦ ਕਰਵਾਉਂਦੇ ਨੇ। ਇਸ ਲਈ ਪਰਮਾਤਮਾ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਜੋ ਬੰਦਾ ਮਿਹਨਤ ਕਰਦਾ ਹੈ ਉਹਨੂੰ ਕਿਤੇ ਨਾ ਕਿਤੇ ਫਿਰ ਉਸ ਚੀਜ਼ ਦਾ ਮਿਲਦਾ ਹੀ ਹੈ, ਅਤੇ ਇਸ ਕਾਰਨ ਕਰਕੇ ਉਹਨੂੰ ਜਿਹੜਾ ਸਟੇਟ ਵਾਰਡ ਮਿਲਿਆ, ਅਸੀਂ ਉਸ ਚੀਜ਼ ਲਈ ਸਭ ਦੇ ਬਹੁਤ ਧੰਨਵਾਦੀ ਹਾਂ। ਵਾਈਫ ਦੀ ਸਕਸੈਸ ਵਿੱਚ ਹਸਬੈਂਡ ਦਾ ਕਿੰਨਾ ਰੋਲ ਰਿਹਾ?
ਹਸਬੈਂਡ ਦਾ ਰੋਲ ਤਾਂ ਕੀ ਕਹਿ ਸਕਦੇ ਹਾਂ, ਚਲੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਲੈਵਲ ਤੇ, ਬਹੁਤ ਮਿਹਨਤ ਕੀਤੀ ਹੈ। ਅਸੀਂ ਤਾਂ ਘਰੋਂ ਮਤਲਬ ਜੋ ਸਪੋਰਟ ਹੈ ਉਹ ਸਪੋਰਟ ਦੇ ਸਕਦੇ ਹਾਂ, ਵੀ ਸਕੂਲ ਦੇ ਵਿੱਚ ਕੰਮ ਚੱਲਦਾ, ਥੋੜਾ ਲੇਟ ਆ ਰਹੇ ਨੇ, ਕੋਈ ਗੱਲ ਨਹੀਂ, ਬੱਚੇ ਨੂੰ ਸਾਂਭ ਲਿਆ ਉਸ ਤਰੀਕੇ ਨਾਲ, ਘਰੇਲੂ ਮਾਹੌਲ ਦੇ ਹਿਸਾਬ ਨਾਲ ਅਸੀਂ ਕਦੇ ਇਹਨਾਂ ਨੂੰ ਰੋਕਿਆ ਨਹੀਂ ਵੀ ਤੁਸੀਂ ਐ ਕਿਉਂ ਐ, ਮੀਟਿੰਗ ਤੇ ਜਾਣਾ ਹੈ, ਕਿਤੇ ਜਾਣਾ ਹੈ, ਤੇ ਤੁਸੀਂ ਆਪਣਾ ਫ੍ਰੀਲੀ ਕੰਮ ਕਰ ਸਕਦੇ ਹੋ, ਸਕੂਲ ਦੀ ਡਿਵੈਲਪਮੈਂਟ ਕਰ ਸਕਦੇ ਹੋ, ਬੱਚਿਆਂ ਨਾਲ ਜੁੜ ਸਕਦੇ ਹੋ। ਜਦ ਬੱਚਿਆਂ ਲਈ ਤੁਸੀਂ, ਆਪਾਂ ਸਕੂਲ 'ਚ ਜਾਂਦੇ ਹਾਂ ਤਾਂ ਬੱਚਿਆਂ ਲਈ ਉਹ ਜਾਂਦੇ ਆ, ਬੱਚਿਆਂ ਨੂੰ ਕੁਝ ਦੇਣ ਲਈ ਜਾਂਦੇ ਆ। ਗਰੀਬ ਬੱਚੇ ਸਾਡੇ ਕੋਲੇ ਆਉਂਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ, ਜਿਸ ਨਾਲ ਗਰੀਬ ਬੱਚਿਆਂ ਦਾ ਦੇ ਅਨੁਸਾਰ ਹੀ ਅਸੀਂ ਖਾ ਰਹੇ ਹਾਂ, ਸਾਨੂੰ ਤਨਖਾਹ ਮਿਲਦੀ ਹੈ ਉਹਨਾਂ ਗਰੀਬ ਬੱਚਿਆਂ ਦੀ, ਉਹ ਮਿਲਦੀ ਹੈ, ਤੇ ਜੇ ਉਹਦੀ ਹੈਲਪ ਕਰਦੇ ਨੇ ਤਾਂ ਸਾਨੂੰ ਉਹਨਾਂ ਦੀ ਖੁਸ਼ੀ, ਉਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ, ਤੇ ਇਸ ਲਈ ਅਸੀਂ ਪੂਰਾ ਸਹਿਯੋਗ ਕਰਦੇ ਹੀ ਹਾਂ ਇਹਨਾਂ ਦੇ ਨਾਲ। ਅਸੀਂ ਸੈਲੀਬ੍ਰੇਟ ਜੀ, ਅੱਜ ਤਾਂ ਵੈਸੇ ਫਰੈਂਡਸ ਦੇ ਨਾਲ ਹੀ, ਫਰੈਂਡਸ ਤੋਂ ਫੋਨ ਆ ਰਹੇ ਨੇ, ਕੰਗ੍ਰੈਚੁਲੇਸ਼ਨਸ ਹੋ ਰਹੀਆਂ ਨੇ ਸਾਰਿਆਂ ਦਾ, ਅਸੀਂ ਫੋਨ ਚੱਕ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਤੇ ਕੱਲ ਨੂੰ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਬੁਲਾਇਆ ਸਟੇਟ ਫੰਕਸ਼ਨ ਲਈ, ਉੱਥੇ ਕੱਲ ਜਾਵਾਂਗੇ ਤੇ ਇੰਜੋਏ ਕਰਾਂਗੇ ਜੀ। ਸਟੇਟ ਅਵਾਰਡ ਮਿਲਿਆ ਤੇ ਖੁਸ਼ੀ ਤਾਂ ਨੈਚੁਰਲੀ ਹਰੇਕ ਨੂੰ ਹੁੰਦੀ ਹੀ ਹੁੰਦੀ ਹੈ। ਸਾਨੂੰ ਆਸ ਵੀ ਸੀ ਪਹਿਲਾਂ, ਕਿਉਂਕਿ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕੀਤੇ ਹੋਏ ਸੀਗੇ, ਅਤੇ ਹੁਣ ਪਰ ਕੁਦਰਤੀ ਜਿਸ ਤਰ੍ਹਾਂ ਰਿਜ਼ਲਟ ਜਦੋਂ ਆਉਂਦਾ ਉਦੋਂ ਹੀ ਪਤਾ ਲੱਗਦਾ ਅਸਲੀ ਗਲਤ ਆ ਵੀ ਕੀ ਕਿੱਥੇ ਸਟੈਂਡ ਕਰਦੇ ਆ। ਹੁਣ ਆਓ, ਹੁਣ ਹੀ ਸ਼ਾਮ ਨੂੰ ਕੋਈ 5:30 ਵਜੇ ਲਿਸਟ ਆਈ ਹੈ, ਅਤੇ ਦੇਖ ਕੇ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ। ਇਹ ਇੰਨੇ ਫੋਨ ਆਉਣ ਲੱਗੇ ਕਿ ਉਹ ਪੋਲੀ ਲਈ ਬੰਦ ਹੋ ਰਿਹਾ ਸੀਗਾ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਅਤੇ ਪਰਮਾਤਮਾ ਇਹਨਾਂ ਨੂੰ ਹੋਰ ਉੱਨਤੀ ਦੇਵੇ, ਹੋਰ ਤਰੱਕੀ ਦੇਵੇ।